ਮੇਰੀ ਮੱਤ ਨੂੰ ਬੰਦਿਆ ਮੱਤ ਭੁੱਲੀ, ਕਦੇ ਕਿਸੇ ਦਾ ਕੰਮ ਵਿਗਾੜੀਏ, ਘੱਟ ਕਦੇ ਨਾ ਸਮਝੀਏ, ਦੁਸ਼ਮਣਾਂ ਨੂੰ ਸੌਦਾ ਤੱਕੜੀ ਦੇ ਬਿਨਾ ਹਾੜੀਏ ਨਾ। ਇਹ ਤੱਕੜੀ ਕਿਹੜੀ ਜੀ? ਬਾਬੇ ਨਾਨਕ ਵਾਲੀ ਤੱਕੜੀ ਦੀ ਗੱਲ ਕੀਤੀ ਹੈ ਕਿ ਹੋਰ ਨਾ ਸਮਝੋ ਕਿਤੇ। ਮੇਰੀ ਮੱਤ ਨੂੰ ਬੰਦਿਆ ਮੱਤ ਭੁੱਲੀ, ਕਦੇ ਕਿਸੇ ਦਾ ਕੰਮ ਵਿਗਾੜੀਏ ਨਾ, ਘੱਟ ਕਦੇ ਨਾ ਸਮਝੀਏ, ਦੁਸ਼ਮਣਾਂ ਨੂੰ ਸੌਦਾ ਤੱਕੜੀ ਦੇ ਬਿਨਾ ਹਾੜੀਏ ਨਾ। ਫਸਲ ਆਪਣੀ ਦੇ ਹੋ ਕੇ ਆਪ ਮਾਲਕ, ਫਸਲ ਆਪਣੀ ਦੇ ਹੋ ਕੇ ਆਪ ਮਾਲਕ, ਆਪੇ ਪੈਰਾਂ ਹੇਠ ਲਤਾੜੀਏ ਨਾ, ਨਾਲ ਕਾੜਨੀ ਦੇ ਕਿਤੇ ਲੱਗ ਜਾਵੇ ਤੇਜ ਅੱਗ ਉੱਤੇ ਦੁੱਧ ਕਾੜੀਏ ਨਾ। ਸਾਡੇ ਸਿਆਣੇ ਕਹਿੰਦੇ ਨੇ ਕਿਸੇ ਬੰਦੇ ਹੱਥ ਕੋਈ ਤਾਕਤ ਆ ਜਾਵੇ, ਕੋਈ ਸ਼ਕਤੀ ਆ ਜਾਵੇ, ਕਿਸੇ ਨੂੰ ਉੱਚਾ ਅਹੁਦਾ ਮਿਲ ਜਾਵੇ, ਕਿਸੇ ਨੂੰ ਹਕੂਮਤ ਕਰਨ ਦਾ ਮੌਕਾ ਮਿਲ ਜਾਵੇ, ਚਾਹੇ ਪਿੰਡ ਦੀ ਸਰਪੰਚੀ ਉਹ ਮਿਲ ਜਾਵੇ, ਕਹਿੰਦੇ ਸ਼ਕਤੀਆਂ ਦਾ ਕਦੇ ਦੁਰਉਪਯੋਗ ਨਹੀਂ ਕਰਨਾ ਚਾਹੀਦਾ, ਕਿਉਂਕਿ ਹਕੂਮਤਾਂ ਕਿਸੇ ਕੋਲ ਸਦਾ ਨਹੀਂ ਰਹਿੰਦੀਆਂ, ਬਦਲਦੀਆਂ ਰਹਿੰਦੀਆਂ ਨੇ, ਆਪਣੇ ਤਾਂ ਜਲਦੀ ਬਦਲ ਜਾਂਦੀਆਂ ਨੇ, ਕਦੀ 5 ਸਾਲ ਪੂਰੇ ਹੁੰਦੇ ਨੇ, MLA ਘੱਟਦੇ ਨੇ, ਵਿੱਚ ਹੀ ਲੜ ਕੇ ਜਾਂਦੀਆਂ ਨੇ, ਇੱਕ ਵਾਰ ਤਾਂ ਅਮਰਪ੍ਰੀਤ ਬਾਦਲ ਨੇ ਰੌਲਾ ਪਾ ਲਿਆ ਸੀ, ਕਿਤੇ ਅੱਜ ਕੀ ਨਾ ਪੈ ਜਾਵੇ ਡਰ ਲੱਗਦਾ। ਹੁਕਮਰ ਹਾਲਾਤ ਬਣੀ ਜਾਂਦੇ ਨੇ, ਹੁਕਮਰਾਨ ਹੋ ਕੇ ਸੁਖਨ ਸੋਚ ਕਰੀਏ, ਹੁਕਮਰਾਨ ਹੋ ਕੇ ਸੁਖਨ ਸੋਚ ਕਰੀਏ, ਬਿਨਾਂ ਸੋਚਿਆ ਹੁਕਮ ਨੂੰ ਝਾੜੀਏ ਨਾ, ਉਹਦੇ ਨਾਮ ਵਾਲੀ ਪੋਥੀ ਸਦਾ ਪੜੀਏ, ਵਿੱਚੋਂ ਦੁੱਖਾਂ ਦਾ ਵਰਕਾ ਪਾੜੀਏ ਨਾ, ਨੇਕ ਮਸ਼ਵਰਾ ਸੁਗੜ ਸਿਆਣਿਆਂ ਦਾ ਸੰਗਤ ਕਰੋ ਨਾ ਕਦੇ ਕਪੱਤਿਆਂ ਦੀ। ਸਾਡੇ ਬਜ਼ੁਰਗ ਸਮਝਾਉਂਦੇ ਤਾਂ ਬਹੁਤ ਨੇ, ਨਵੀਂ ਪੀੜ੍ਹੀ ਸੁਣਦੀ ਕਿਸੇ ਦੀ ਨਹੀਂ, ਸੁਣਦੀ ਪਤਾ ਕਿੰਨਾ ਦੀ ਹੈ, ਜਿਹੜੇ ਖੜੇ ਦੇ ਵਾਲ ਕਰਕੇ ਟੀਵੀ 'ਤੇ ਆਉਂਦੇ ਨੇ, ਉਹ ਜਿਹਾ ਮੁੱਛਾ ਰੱਖ ਲੈਂਦੇ ਨੇ, ਉਹ ਜਿਹਾ ਦਾੜੀਆਂ ਬਣਾ ਲੈਂਦੇ ਨੇ, ਚਲੋ ਪੱਗਾਂ ਉਹਦੇ 'ਤੇ ਬੰਨਣ ਲੱਗਾ, ਇਹ ਚੰਗਾ ਤਾਂ ਇਹ ਕੰਮ ਚੰਗਾ ਹੋ ਗਿਆ। ਨੇਕ ਮਸ਼ਵਰਾ ਸੁਗੜ ਸਿਆਣਿਆਂ ਦਾ ਸੰਗਤ ਕਰੋ ਨਾ ਕਦੇ ਕਪੱਤਿਆਂ ਦੀ, ਅਥਰੇ ਘੋੜੇ 'ਤੇ ਜਦੋਂ ਅਸਵਾਰ ਹੋਈਏ, ਮਾਰ ਝੱਲਣੀ ਪਵੇ ਦਲੱਤਿਆਂ ਦੀ, ਕਿੰਨਾ ਚਿਰ ਨਿਭੇਗੀ ਦੋਸਤਾ ਸੋਚ ਲੈ ਤੂੰ, ਕਿੰਨਾ ਚਿਰ ਨਿਭੇਗੀ ਦੋਸਤਾ ਸੋਚ ਲੈ ਤੂੰ, ਛਾਂ ਸਿਰ ਤੇ ਭਰਿੰਡਾਂ ਦੇ ਛੱਤਿਆਂ ਦੀ, ਹੋ ਭਲਿਆ ਮਾਨਸਾ ਓਏ ਅੱਗ ਦੇ ਨਾਲ ਹੀ ਖੇਡੇ, ਸਿਰ ਤੇ ਟੋਕਰੀ ਰੱਖ ਕੇ ਪੱਤਿਆਂ ਦੀ, ਪਿੱਪਲ ਬੋਹੜ ਜੰਡੋਰਾ ਤੂਤ ਟਾਲੀ, ਜਾਂਦੇ ਜੂਹਾਂ ਚੋਂ ਘੱਟਦੇ ਰੁੱਖ ਪੰਜੇ। ਆਹ ਸੜਕਾਂ ਚੌੜੀਆਂ ਕਰਤੀਆਂ, ਦਰਖਤ ਪਟਪਟ ਸਿੱਟ, ਤੇ ਗਰਮੀ ਤਾਂ ਹੀ ਵੱਧ ਪੈਂਦੀ ਆ, ਲਾਏ ਕਿਸੇ ਨੇ ਨੀ। ਆਹ ਹਲੇ ਫਰਵਰੀ ਚੱਲਦੀ ਆ, ਅਪ੍ਰੈਲ ਵਾਲਾ ਮਹੀਨਾ ਬਣਿਆ ਪਿਆ, ਮਤਲਬ AC ਲੱਗ ਜਾਣਗੇ ਅੰਡ ਤੱਕ। ਆਹ ਕੋਟ ਕੋਟੀਆਂ ਧੱਕੇ ਨਾਲ ਪਾਏ ਨੇ ਆਪਾਂ ਜੀ। ਪਿੱਪਲ ਬੋੜ ਜੰਡੋਰਾ ਤੂਤ ਟਾਲੀ, ਜਾਂਦੇ ਜੂਹਾਂ ਚੋਂ ਘੱਟਦੇ ਰੁੱਖ ਪੰਜੇ, ਮੁਰਗੇ ਮੱਛੀਆਂ ਸਾਨ ਭਲਵਾਨ ਵੈਲੀ, ਮੁਰਗੇ ਮੱਛੀਆਂ ਸਾਨ ਭਲਵਾਨ ਵੈਲੀ, ਭੋਗਣ ਮਿਲਾਵਟੀ ਖੁਰਾਕ ਦਾ ਦੁੱਖ ਪੰਜੇ, ਗਵਈਆ ਜੋਤਿਸ਼ੀ ਵੈਦ ਵਕੀਲ ਪਾਂਡਾ। ਤੁਸੀਂ ਵੀ ਹਰ ਸਾਲ ਬੁਲਾਉਂਦੇ ਹੋ। ਗਵਈਆ ਜੋਤਿਸ਼ੀ ਵੈਦ ਵਕੀਲ ਪਾਂਡਾ, ਮੋੜਨ ਖਾਲੀ ਜੇਬਾਂ ਤੋਂ ਮੁੱਖ ਪੰਜੇ, ਹੋ ਮੁਨਸ਼ੀ ਬੱਕਰੀ ਕੁੱਤਾ ਤੇ ਚੋਰ ਲਾਗੀ, ਢਿੱਡੋਂ ਰੱਜੇ ਵੀ ਵਿਖਾਉਂਦੇ ਭੁੱਖ ਪੰਜੇ। ਕੋ ਬੰਦਾ ਰਾਜਦਾ ਨੀ ਜਿੰਨਾ ਮਰਜ਼ੀ ਮਿਲ ਜੇ, ਜਦੋਂ ਬੰਦਾ ਕਹਿੰਦਾ ਥੋੜਾ ਜਿਹਾ ਆਜੇ, ਬੰਦਾ ਕਹਿੰਦਾ ਹੋਰ ਆਜੇ, ਜਦੋਂ ਥੋੜਾ ਜਿਹਾ ਹੋਰ ਆ ਜਾਂਦਾ ਕਹਿੰਦਾ ਹੋਰ ਆਜੇ, ਉਹ ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਮਿਲ ਜਾਵੇ, ਸਾਈਕਲ ਵਾਲਾ ਫਿਰ ਸਕੂਟਰ ਕਾਰ ਭਾਲਦਾ ਏ। ਚੌਕੰਠ
ਉਹ ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਮਿਲ ਜਾਵੇ, ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਏ, ਪੜਿਆ ਲਿਖਿਆ ਮੁੰਡਾ ਤਾਂ ਰੁਜ਼ਗਾਰ ਭਾਲਦਾ ਏ, ਮਿਲ ਜਾਵੇ ਰੁਜ਼ਗਾਰ ਤਾਂ ਸੋਹਣੀ ਨਾਰ ਭਾਲਦਾ ਏ, ਕਹਿੰਦਾ ਵਿਆਹ ਹੋ ਜਾਵੇ, ਮਿਲ ਜਾਵੇ ਜੇ ਨਾਰ ਤਾਂ ਕਿਹੜਾ ਪੁੱਛਦਾ ਬੇਬੇ ਨੂੰ, ਮਾਈਆਂ ਡੀਕਦੀਆਂ ਰਹਿ ਜਾਂਦੀਆਂ ਨੇ ਫਿਰ ਚਾਹ ਨੀ ਮਿਲਦੀ, ਦੋ ਗੱਪੇ ਬਣਦੇ ਨੇ ਘੱਟ ਮਿੱਠਾ ਪਾ ਕੇ, ਉਹ ਮਿਲ ਜਾਵੇ ਜੇ ਨਾਰ ਤਾਂ ਕਿਹੜਾ ਪੁੱਛਦਾ ਬੇਬੇ ਨੂੰ, ਉਹ ਮੁੰਡਾ ਤਾਂ ਫਿਰ ਚੋਪੜੀਆਂ ਵੀ ਚਾਰ ਭਾਲਦਾ ਏ, ਜੇ ਦਾੜੀ ਮੁੱਛਣ ਆਵੇ ਬੰਦਾ ਦਵਾਈ ਭਾਲਦਾ ਏ, ਇਹ ਵੀ ਟਾਈਮ ਨਾਲ ਠੀਕ ਹੈ ਨੀ, ਬਹੁਤ ਔਖਾ ਹੁੰਦਾ ਫਿਰ ਬਲਵਿੰਦਰ ਵਾਲੀ ਕੋਲ ਜਾਣਾ ਪੈਂਦਾ ਪੱਟੀ ਵਾਲੇ ਕੋਲ, ਜੇ ਦਾੜੀ ਮੁੱਛਣ ਆਵੇ ਬੰਦਾ ਦਵਾਈ ਭਾਲਦਾ ਏ, ਆ ਜਾਵੇ ਜੇ ਦਾੜੀ ਤਾਂ ਫਿਰ ਕੀ ਭਾਲਦਾ ਨਾਈ ਭਾਲਦਾ ਏ, ਆ ਜਾਵੇ ਜੇ ਦਾੜੀ ਤਾਂ ਫਿਰ ਨਾਈ ਭਾਲਦਾ ਏ, ਹੋ ਜਾਵੇ ਜੇ ਚਿੱਟੀ ਤਾਂ ਫਿਰ ਭਾਜੀ ਗੁੱਸੇ ਮੇਰੇ ਨਾਲ, ਪਤਾ ਨੀ ਕੀ ਭਾਲਦਾ ਕਿ ਚਿੱਟੀ ਹੋਈ ਨੀ ਅਜੇ, ਹੋ ਜਾਵੇ ਜੇ ਚਿੱਟੀ ਤਾਂ ਫਿਰ ਡਾਈ ਭਾਲਦਾ ਏ, ਵਿੱਚ ਜਵਾਨੀ ਕਹਿੰਦਾ ਵੀ ਮੁੱਛ ਥੱਲੇ ਹੋਵੇ ਨਾ, ਉਹ ਵਿੱਚ ਜਵਾਨੀ ਕਹਿੰਦਾ ਵੀ ਮੁੱਛ ਥੱਲੇ ਹੋਵੇ ਨਾ, ਉਹ ਵਿੱਚ ਬੁਢਾਪੇ ਥੋੜਾ ਜਿਹਾ ਸਤਿਕਾਰ ਭਾਲਦਾ ਏ, ਇਹ ਰਾਮ ਕਹਾਣੀ ਬਹੁਤਾ ਦਿਨ ਤੱਕ ਨਹੀਂ ਚੱਲਦੀ, ਤੇ ਆਖਰ ਵੇਲੇ ਬੰਦਾ ਬੰਦੇ ਕਿੰਨੇ ਜੀ ਤਾੜੀ ਮਾਰ ਕੇ ਦੱਸੋ, ਓਏ ਆਖਰ ਵੇਲੇ ਬੰਦਾ ਬੰਦੇ ਚਾਰ ਪਾਲਦਾ ਏ, ਤਿੰਨ ਚੀਜ਼ਾਂ ਮਿੱਤ ਨਹੀਂ ਇਹ ਤਲਵਾਰ ਸੱਪ ਤੇ ਘੋੜਾ, ਚੀਜ਼ਾਂ ਮਿੱਤ ਨਹੀਂ ਇਹ ਤਲਵਾਰ ਸੱਪ ਤੇ ਘੋੜਾ, ਤਿੰਨੇ ਚੀਜ਼ਾਂ ਮਿੱਤ ਨਹੀਂ ਇਹ ਤਲਵਾਰ ਸੱਪ ਤੇ ਘੋੜਾ, ਤਿੰਨੇ ਚੀਜ਼ਾਂ ਬੁਰੀਆਂ ਨੇ ਉਹ ਚੋਰੀ ਯਾਰੀ ਰੀੜ ਦਾ ਫੋੜਾ, ਤਿੰਨੇ ਚੀਜ਼ਾਂ ਬੁਰੀਆਂ ਨੇ ਉਹ ਚੋਰੀ ਯਾਰੀ ਰੀੜ ਦਾ ਫੋੜਾ, ਬਸ ਕਰ ਲੈਂਦੇ ਨੇ ਬਸ ਕਰ ਲੈਂਦੇ ਨੇ ਰੁਪਈਆ ਪੈਸਾ ਰਾਜ ਜਨਾਨੀ, ਤਿੰਨੇ ਬਸ ਕਰ ਲੈਂਦੇ ਨੇ ਰੁਪਈਆ ਪੈਸਾ ਰਾਜ ਜਨਾਨੀ, ਤਿੰਨੇ ਜੱਗ ਜਾਉਣ ਸਦਾ ਉਹ ਕਹਿੰਦੇ ਭਗਤ ਸੂਰ ਮਹਾਦਾਨੀ, ਤਿੰਨੇ ਜੱਗ ਜਾਉਣ ਸਦਾ ਉਹ ਕਹਿੰਦੇ ਭਗਤ ਸੂਰ ਮਹਾਦਾਨੀ, ਓਏ
ਤਿੰਨੇ ਬਿੰਗ ਛੱਡ ਦੇਣਾ ਕੁੱਤੇ ਦੀ ਪੂਛ ਸੱਪ ਤੇ ਰੱਸੀ, ਤਿੰਨੇ ਬਿੰਗ ਛੱਡ ਦੇਣਾ ਕੁੱਤੇ ਦੀ ਪੂਛ ਸੱਪ ਤੇ ਰੱਸੀ, ਤਿੰਨੇ ਤਾਕਤ ਦਿੰਦੇ ਨੇ ਉਹ ਆਂਡੇ ਮੀਟ ਦੁੱਧ ਦੀ ਲੱਸੀ, ਤਿੰਨੇ ਤਾਕਤ ਦਿੰਦੇ ਨੇ ਉਹ ਆਂਡੇ ਮੀਟ ਦੁੱਧ ਦੀ ਲੱਸੀ। ਓਏ ਤਿੰਨੇ ਟਿਕ ਕੇ ਬੈਂਦੇ ਨਾ ਪਿੱਪਲ ਦਾ ਪੱਤਾ ਤੇ ਬਾਂਦਰ ਨਿਆਣਾ, ਤਿੰਨੇ ਟਿਕ ਕੇ ਬੈਂਦੇ ਨਾ ਪਿੱਪਲ ਦਾ ਪੱਤਾ ਤੇ ਬਾਂਦਰ ਨਿਆਣਾ, ਤਿੰਨੇ ਸ਼ਾਤਰ ਹੁੰਦੇ ਨੇ ਉਹ ਗੰਜਾ ਖੋ ਜਾ ਬੰਦਾ ਜੋ ਕਾਣਾ, ਤਿੰਨੇ ਸ਼ਾਤਰ ਹੁੰਦੇ ਨੇ ਉਹ ਗੰਜਾ ਖੋ ਜਾ ਬੰਦਾ ਜੋ ਕਾਣਾ। ਓਏ ਤਿੰਨੇ ਮੁੜ ਕੇ ਆਉਂਦੇ ਨਾ ਜਵਾਨੀ ਸ਼ਾਮ ਬਿਰਖ ਦੀ ਮਾਪੇ, ਤਿੰਨੇ ਮੁੜ ਕੇ ਆਉਂਦੇ ਨਾ ਜਵਾਨੀ ਸ਼ਾਮ ਬਿਰਖ ਦੀ ਮਾਪੇ, ਤਿੰਨੇ ਮਿੱਠਾ ਬੋਲਦੇ ਨੇ ਉਹ ਵਣਜ ਵਪਾਰੀ ਬਾਣੀਏ ਪਾਪੇ, ਤਿੰਨੇ ਮਿੱਠਾ ਬੋਲਦੇ ਨੇ ਉਹ ਵਣਜ ਵਪਾਰੀ ਬਾਣੀਏ ਪਾਪੇ। ਓਏ ਔਰ ਗੱਲ ਬੰਦ ਕਰ ਦੇ ਗੁਣ ਪਦ ਮਣੀ ਦੇ ਤਿੱਖਾ ਨਕ ਲੱਕ ਪਤਲਾ ਰੰਗ ਗੋਰਾ, ਤਿੰਨੇ ਗੁਣ ਪਦ ਮਣੀ ਦੇ ਤਿੱਖਾ ਨਕ ਲੱਕ ਪਤਲਾ ਰੰਗ ਗੋਰਾ, ਤਿੰਨੇ ਸੋਹਣੇ ਲੱਗਦੇ ਨੇ ਮੋਟੀ ਅੱਖ ਨਖਰਾ ਮਿਰਗ ਦਾ ਤੋਰਾ, ਤਿੰਨੇ ਸੋਹਣੇ ਲੱਗਦੇ ਨੇ ਮੋਟੀ ਅੱਖ ਨਖਰਾ ਮਿਰਗ ਦਾ ਤੋਰਾ। ਓਏ ਓਕੇ ਕਿਤੇ ਨਾ ਸੋਚਿਓ, ਸਮਝ ਪ੍ਰੋਪਰ ਆਉਂਦਾ ਨਾ ਜੀ, ਸਮਝ ਪ੍ਰੋਪਰ ਆਉਂਦਾ, ਕਿਤੇ ਨਾ ਸੋਚੋ ਵੀ ਬਾਕੀ ਸਾਰਿਆਂ ਨੂੰ ਤਿੰਨੇ ਚੀਜ਼ਾਂ 'ਚ ਗਿਣੀ ਜਾਂਦਾ, ਆਪਦੇ ਡਿਪਾਰਟਮੈਂਟ ਨੂੰ ਵਿੱਚ ਗਿਣਦਾ ਹੀ ਨਹੀਂ। ਬਾਪੂ ਤਰੀਕਾ ਦੇ ਤੁਸੀਂ ਬੜੇ ਲੋਕ ਤੱਤ ਸੁਣੇ ਨੇ, ਉਹਨਾਂ ਨੇ ਹਰ ਵਰਗ ਦੀ ਸਿਆ ਲਿਖੇ ਤੇ ਕਲਾਕਾਰਾਂ ਬਣੇ ਸੇ ਲਿਖਿਆ, ਇਹਦੇ 'ਚ ਉਹਨਾਂ ਨੇ ਕਲਾਕਾਰਾਂ ਨੂੰ ਬਖਸ਼ਿਆ, ਲਿਖਿਆ ਤਾਂ ਬੜਾ ਖਤਰਨਾਕ ਸੀ ਪਰ ਮੈਂ ਕਹਿੰਦਾ ਨਹੀਂ ਹੁੰਦਾ, ਉਹ ਪੁਰਾਣੇ ਸਮੇਂ ਦੀ ਗੱਲ ਹੈ, ਉਹ ਅੱਜ ਦੇ ਸਮੇਂ 'ਚ ਐਪਲੀਕੇਬਲ ਨਹੀਂ, ਮੈਂ ਕੁਛ ਹੋਰ ਕਹਿੰਦਾ ਹੁਣ ਅੱਜ ਦੇ ਸਮੇਂ 'ਚ। ਉਹਨਾਂ ਨੇ ਲਿਖਿਆ ਸੀ ਵੀ ਤਿੰਨੇ ਪੁੱਤ ਪੈਸੇ ਦੇ ਪੁਲਸੀਆ ਕੰਜਰੀ ਗਾਉਣ ਗਵਾਈ, ਉਹ ਪੁਰਾਣੇ ਲੋਕ ਤੱਤ ਸੀ, ਪਰ ਨਹੀਂ ਹੁਣ ਤਾਂ ਇਹ ਬੜੇ ਕਾਇਮ ਹੋਏ ਫਿਰਦੇ ਨੇ, ਤਾਂ ਪਟਵਾਰੀ ਨੂੰ ਸਵੇਰੀ ਚੱਕ ਲਿਆਉਂਦਾ ਕਿਤੇ 500 ਰੁਪਏ ਮੰਗਲੇ ਫਾਦ ਕੱਢਣ ਦਾ, ਵਿਜੀਲੈਂਸ ਦਾ ਬੜੇ ਕਾਇਮ ਹੋਏ ਫਿਰਦੇ ਨੇ। ਉੱਪਲ ਸਾਹਿਬ ਡਾਇਰੈਕਟਰ ਨੇ ਵਿਜੀਲੈਂਸ ਦੇ ਮੇਰਾ ਬੜਾ ਪਿਆਰ ਆ, ਕੱਲ੍ਹ ਮੇਰੇ ਕੋਲ ਆਏ ਸੀ, ਉਹ ਮੇਰਾ ਬਹੁਤ ਪਿਆਰ ਆ ਉਹਨਾਂ ਨਾਲ, ਉਹ ਬੜਾ ਫੜਦੇ ਨੇ ਬੰਦਿਆਂ ਨੂੰ, ਇਹਨਾਂ ਤਾਂ ਸਾਰੇ ਡਿਪਾਰਟਮੈਂਟ ਸੁਧਾਰ ਤੇ, ਹੁਣ ਕੋਈ ਰਿਸ਼ਵਤ ਲੈਂਦਾ ਡਰਦਾ ਵੀ ਕਿਤੇ ਵਿਜੀਲੈਂਸ ਵਾਲੇ ਨਾ ਜਾਣ, ਫਟਾਫਟ ਚੱਕ ਲੈਂਦੇ ਨੇ। ਹੁਣ ਮੈਂ ਹੁਣ ਕਲਾਕਾਰਾਂ ਦੀ ਵੀ ਮੈਂ ਕੱਲ੍ਹ ਮੈਂ ਬਾਪੂ ਜੀ ਨੂੰ ਕਹਾਂ ਹਾਂਜੀ, ਬਾਕੀ ਤਾਂ ਠੀਕ ਆ ਵੀ ਕਲਾਕਾਰਾਂ ਨੂੰ ਤਾਂ ਛੱਡ ਦੇਣਾ ਸੀ, ਉਹ ਕਹਿਣ ਲੱਗੇ ਮੈਂ ਪਰ ਮੈਂ ਕਹਿੰਦਾ ਹੁਣ ਜੀ ਤਿੰਨੇ ਪੁੱਤ ਪੈਸੇ ਦੇ ਦਲਾਲ ਅਤੇ ਕੰਜਰੀ ਗਾਉਣ ਗਵਾਈਏ, ਅੱਜ ਕੱਲ੍ਹ ਕਮਿਸ਼ਨ ਵਾਲਾ ਕੰਮ ਜ਼ਿਆਦਾ ਚੱਲਦਾ, ਪਿੱਛੇ ਪ੍ਰੋਪਰਟੀ ਦਾ ਬੜਾ ਕੰਮ ਚੱਲਿਆ, ਬੜਾ ਪੈਸਾ ਬਣਾ ਇਹਨਾਂ, ਦੇ ਬਿਆਨੇ ਦੇ ਬਿਆਨਾ, ਦੇ ਬਿਆਨੇ ਦੇ ਬਿਆਨਾ, ਦਿਨ 'ਚ ਤਿੰਨ ਤਿੰਨ ਬਿਆਨੇ ਕਰ ਦਿੰਦੇ ਸੀ, ਕਈਆਂ ਦੇ ਮਰ ਗਏ, ਕਈਆਂ ਦੇ ਵਿਕ ਗਏ, ਕਈਆਂ ਦੇ ਹੋਏ ਪੈਣੇ, ਲੱਗਦਾ ਹੁਣ ਨਹੀਂ ਵਿਕਦੇ ਇੱਦਾਂ ਹੀ ਜਾਣਗੇ। ਮੈਂ ਬਾਪੂ ਤਰੀਕਾ ਨੇ ਕਿਹਾ ਜੀ ਬਾਕੀ ਤਾਂ ਠੀਕ ਆ ਵੀ ਕਲਾਕਾਰਾਂ ਨੂੰ ਤਾਂ ਛੱਡ ਦੇਣਾ ਸੀ, ਉਹ ਕਹਿਣ ਲੱਗੇ ਬਾਕੀ, ਮੈਂ ਕਿਹਾ ਮੰਮੂ ਅੱਜ ਕੱਲ੍ਹ ਕਲਾਕਾਰਾਂ ਦੀ ਵੀ ਆਦਤ ਬਣ ਗਈ,
ਪਹਿਲਾਂ ਭਾਵੇਂ ਕਿ ਮੇਰੇ ਬਾਰੇ ਕਿਹਨੂੰ 4000 ਚ ਨਾ ਪੁੱਛਦਾ ਹੋਵੇ, ਅੱਜ ਕੱਲ੍ਹ ਤਾਂ ਤੁਹਾਨੂੰ ਵੀ ਹਰ ਸਾਲ ਮੇਲੇ 'ਤੇ ਲੋੜ ਪੈਂਦੀ ਹੈ, ਅੱਜ ਕੱਲ੍ਹ ਮੇਰੇ ਬਾਰੇ ਕਿਤੇ ਇੱਕ ਗੀਤ ਹਿੱਟ ਹੋ ਜੇ ਫਿਰ 4-5 ਲੱਖ ਤੋਂ ਥੱਲੇ ਨਹੀਂ ਤੁਰਦਾ, ਕਈ ਤਾਂ ਉਦੋਂ ਵੀ ਟੱਪੇ ਪਏ ਨੇ, ਉਹਦੇ ਦੂਰੋਂ ਹੀ ਦਰਸ਼ਨ ਹੁੰਦੇ ਨੇ, ਨੇੜੇ ਆਉਂਦੇ ਹੀ ਨਹੀਂ, ਨੇੜੇ ਆ ਵੀ ਜਾਣ 10 ਬਾਉਂਸਰ ਹਿਲਾ ਦਿੰਦੇ ਨੇ, ਪਤਾ ਨਹੀਂ ਕਾਹਦਾ ਖਤਰਾ ਉਹਨਾਂ ਨੂੰ, ਐਡਾ ਕਿਹੜਾ ਮਾੜਾ ਕੰਮ ਕਰਦਾ, ਲੋਕ ਮਾਰ ਨੂੰ ਫਿਰਦੇ ਨੇ। ਕਹੋ ਜੀ ਕਲਾਕਾਰ, ਮੈਂ ਹਮੇਸ਼ਾ ਕਹਿੰਦਾ ਹੁੰਦਾ ਇੱਕ ਕਲਾਕਾਰ ਅਤੇ ਇੱਕ ਸੰਤ, ਇਹ ਕਲਾ ਅਤੇ ਧਰਮ ਪਿਆਰ ਵੰਡਦੇ ਨੇ ਅਤੇ ਲੋਕਾਂ ਨੂੰ ਜੋੜਨ ਦਾ ਕੰਮ ਕਰਦੇ ਨੇ, ਠੀਕ ਆ। ਕੋਈ ਕੁਛ ਲੋਕ ਹੋਣਗੇ ਜਿਹੜੇ ਤੋੜਨ ਦਾ ਕੰਮ ਵੀ ਕਰਦੇ ਨੇ, ਉਹ ਵੱਖਰੇ, ਉਹ ਕੋਈ ਵੱਖਰਾ ਡਿਪਾਰਟਮੈਂਟ ਆ ਜੋ ਲੋਕਾਂ ਨੂੰ ਤੋੜਨ ਦਾ ਕੰਮ ਕਰਦਾ। ਕਲਾਕਾਰ ਅਤੇ ਧਰਮ ਲੋਕਾਂ ਨੂੰ ਜੋੜਦੇ ਨੇ, ਤੋੜਦੇ ਨਹੀਂ, ਇਹ ਲੋਕਾਂ ਦੇ ਨਾਲ ਜੁੜਦੇ ਨੇ, ਤੁਸੀਂ ਪਿਆਰ ਨਾਲ ਬੁਲਾਉਂਦੇ ਹੋ। ਜੇ ਜਿਹੜਾ ਤੁਹਾਡੇ ਕੋਲ ਬੰਦਾ ਆ ਕੇ ਅਤੇ ਜਿਹੜਾ ਉੱਤੇ ਚੜ੍ਹ ਤੋਂ ਰੋਕੀ ਜਾਂਦਾ, ਤੁਹਾਨੂੰ ਧੱਕੇ ਮਰਾਈ ਜਾਂਦਾ, ਮੈਨੂੰ ਸਮਝ ਨਹੀਂ ਆਉਂਦੀ ਵੀ ਕਲਾਕਾਰ ਨੂੰ। ਸਰਦਾਰ ਬਲਦੇਵ ਸਿੰਘ ਜੀ ਕਲਾ ਨੂੰ ਬੜਾ ਪਿਆਰ ਕਰਦੇ ਨੇ, ਬਹੁਤ ਬਹੁਤ ਤੁਹਾਨੂੰ ਬਹੁਤ ਸਾਰਾ ਮਾਣਤਾ, ਇਹਨੂੰ ਸ਼ੁਕਰਗੁਜ਼ਾਰ ਹਾਂ ਜੀ। ਗੁਰਦੇਵ ਸਿੰਘ ਜੀ ਥੈਂਕ ਯੂ ਜੀ, ਮੈਂ ਵੀ ਸਾਨੂੰ ਤਾਂ ਕਦੇ ਬਾਉਂਸਰ ਦੀ ਲੋੜ ਪਈ ਨਹੀਂ, 20-21 ਸਾਲ ਹੋ ਗਏ ਅਸੀਂ ਤੁਰੇ ਫਿਰਦੇ ਹਾਂ, ਕਦੇ ਕਿਸੇ ਨੇ ਕੁਛ ਨਹੀਂ ਕਿਹਾ। ਜ਼ਿੰਦਗੀ ਜਦੋਂ ਮਾੜਾ ਕੰਮ ਕਰਨਾ ਨਹੀਂ ਤਾਂ ਫਿਰ ਡਰ ਕਾਹਦਾ, ਡਰ ਉਸ ਬੰਦੇ ਨੂੰ ਜਿਹੜਾ ਮਜੀਦ ਜਿਹੜਾ ਅੰਦਰੋਂ ਕੋਈ ਕਾਣਾ ਹੋਊਗਾ। ਹੁਣ ਕਲਾਕਾਰ ਦੀ ਵੀ ਮਜਬੂਰੀ ਆ ਜੀ, ਪੁਰਾਣਾ ਜ਼ਮਾਨਾ ਲੰਘ ਗਿਆ ਜਦੋਂ ਇਕੱਲਾ ਕਲਾਕਾਰ ਤੁੰਬੀ ਫੜ ਕੇ 30-35-35 ਸਾਲ ਕੱਢ ਗਿਆ, ਜਿਹੜਾ ਅੱਜ ਕੱਲ੍ਹ ਕੋਈ ਹਿੱਟ ਹੋ ਜਾਂਦਾ ਫਿਰ 4-5 ਲੱਖ ਤੋਂ ਥੱਲੇ ਨਹੀਂ ਤੁਰਦਾ, ਕਹਿੰਦਾ ਉਦੋਂ ਘੱਟ ਨਹੀਂ ਨਾ ਕਹੀ ਤਾਂ ਉਦੋਂ ਵੀ ਟੱਪੇ ਪਏ ਨੇ, ਨੇੜੇ ਹੁੰਦੇ ਹੀ ਨਹੀਂ। ਹੁਣ ਕਲਾਕਾਰ ਦੀ ਵੀ ਮਜਬੂਰੀ ਹੈ ਵੀ ਪੁਰਾਣਾ ਜ਼ਮਾਨਾ ਲੰਘ ਗਿਆ ਜਦੋਂ ਇਕੱਲਾ ਕਲਾਕਾਰ ਤੁੰਬੀ ਫੜ ਕੇ 30-35-35 ਸਾਲ ਕੱਢ ਗਿਆ, ਜਿਹੜਾ ਅੱਜ ਕੱਲ੍ਹ ਮੇਰੇ ਵਰਗਾ ਗੁਜ਼ਾਰੇ ਜੋਗਾ ਹਿੱਟ ਹੁੰਦਾ ਉਹ ਕਿੰਨਾ ਕਿਸੇ ਚੱਲਦਾ ਜੀ, 30-35 ਸਾਲ ਤੋਂ 3-5 ਸਾਲ ਦੇ ਆ ਗਿਆ, ਵੀ 3 ਸਾਲ ਚੱਲਦਾ ਆਪਾਂ ਤੋਂ 5 ਸਾਲ ਉਦੋਂ ਬਾਅਦ ਠੱਪ, ਕਿ ਮੈਨੂੰ 20-21 ਸਾਲ ਹੋ ਗਏ। ਹੁਣ ਉਹ ਸੋਚਦਾ ਵੀ ਇੰਨੇ ਕੁ ਚਰਚ ਜਿਹਨੇ ਇਕੱਠੇ ਹੁੰਦੇ ਨੇ ਫਟਾਫਟ ਕਰ ਲਓ, ਬਾਅਦ 'ਚ ਚੌਂਕ ਮੈਂ ਤਾਂ ਬਲ ਕੇ ਤਾਂ ਜ਼ਮੀਨ ਲੈ ਲਾਂਗੇ ਜਾਂ ਕਿਤੇ ਪੈਰਸ ਬਣਾ ਲਾਂਗੇ, ਬਹਿ ਕੇ ਰੋਟੀ ਖਾ ਲਾਂਗੇ, ਨਹੀਂ ਕਿਸੇ ਨੇ ਪੁੱਛਣਾ ਕੀ ਲਿਖਿਆ। ਪੁੱਤ ਪੈਸੇ ਦੇ ਦਲਾਲ ਤੇ ਕੰਜਰੀ ਕੌਣ ਗਵਈਏ, ਤਿੰਨੇ ਪੁੱਤ ਪੈਸੇ ਦੇ ਦਲਾਲ ਤੇ ਕੰਜਰੀ ਕੌਣ ਗਵਈਏ, ਤਿੰਨੇ ਜੜ ਝਗੜੇ ਦੀ ਉਹ ਦੂਜੀ ਤੀਵੀਂ ਜ਼ਮੀਨ ਰੁਪਈਏ, ਤਿੰਨੇ ਜੜ ਝਗੜੇ ਦੀ ਉਹ ਦੂਜੀ ਤੀਵੀਂ ਜ਼ਮੀਨ ਰੁਪਈਏ। ਵਧੀਆ ਨੇ ਉਦੋ ਨੰਗਲ ਲੜ ਤੋਂ ਕੋਲ ਥਰੀਕੇ, ਤਿੰਨੇ ਪਿੰਡ ਵਧੀਆ ਨੇ ਉਦੋ ਨੰਗਲ ਲੜ ਤੋਂ ਕੋਲ ਥਰੀਕੇ, ਜਿੱਥੇ ਮਾਣੇ ਦੇਵ ਮੌਜਾਂ ਉਹ ਸ਼ਾਮੀ ਅਧੀਆ ਪਹੁਆ ਪੀ ਕੇ, ਜਿੱਥੇ ਮਾਣੇ ਦਾਵਾ ਸਾਹਿਬ ਮੌਜਾਂ ਸ਼ਾਮੀ ਅਧੀਆ ਪਹੁਆ